ਘਟਨਾ ਨੂੰ ਸਭ ਸੋਝੀ ਪਈ ਇੱਕ ਫਿਰਦੇ ਵੇ ਪਰਵਾਹ ਇੱਕ ਨਾ ਪਾਣੀ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਇੱਕ ਗੁਰਮੁਖਣੀ ਇੱਕ ਮਨਮੁਖੀ ਇੱਕ ਨਾ ਨੂੰ ਸੋਝੀ ਆ ਗਈ ਇੱਕ ਨਾ ਦੀ ਸੋਝੀ ਖਤਮ ਹੀ ਹੋ ਗਈ ਉਹਨਾਂ ਨੂੰ ਕੋਈ ਸੂਝ ਬੂਝ ਰਹੀ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਸਮੱਤ ਬਖਸ਼ੇ ਸੋਝੀ ਬਖਸ਼ੇ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਜਿਨ੍ਹਾਂ ਨੂੰ ਰੰਗ ਲਾਉਣ ਆਪ ਜਿਨ੍ਹਾਂ ਨੂੰ ਆਪਦੀ ਰਜਾ ਦੇ ਵਿੱਚ ਕੱਢ ਲੈਣ ਨਰਕਾਂ 'ਚੋਂ ਇੱਕ ਆਦਮੀ ਨਰਕਾਂ 'ਚ ਹੀ ਰਹਿੰਦੇ ਆ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇਕਣੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜ੍ਹੇ ਇਕਣਾਂ ਦੇ ਵਿੱਚ ਦੁੱਧ ਦਹੀਂ ਜਮਾਏ ਜਾਂਦੇ ਆ ਇੱਕ ਸਦਾਕਤੀ ਛੱਡਦੇ ਆ ਇੱਕ ਨਿਹਾਲੀ ਪੈ ਸਵਣੀ ਉੱਪਰ ਰਹਿਣ ਖੜੇ ਇੱਕ ਲੈ ਕੇ ਰਜਾਈਆਂ ਅਤੇ ਕੰਬਲ ਸੌਂ ਜਾਂਦੇ ਆ ਇੱਕ ਵਿਚਾਰੇ ਉੱਤੇ ਹੀ ਖੜੇ ਰਹਿੰਦੇ ਆ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਉਹਨਾਂ ਨੂੰ ਸਵਾਰ ਲੈਂਦਾ ਏ ਜਿਨ੍ਹਾਂ 'ਤੇ ਆਪਣੀ ਨਜ਼ਰ ਕਰਦਾ ਹੈ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਜਿਨ੍ਹਾਂ 'ਤੇ ਰਹਿਮਤ ਕਰੇ ਸਾਹਿਬ ਜਿਨ੍ਹਾਂ 'ਤੇ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਇਹ ਗੁਰੂ ਪਿਆਰੇ ਦੀ ਮਹਾਨ ਸ਼ਕਤੀ ਹੈ ਹੁਕਮ ਵਿੱਚ ਚੱਲਦੀਆਂ ਨੇ ਸਾਰੀਆਂ ਚੀਜ਼ਾਂ ਪਰਮੇਸ਼ਰ ਏ ਪਰਮੇਸ਼ਰ ਦੀ ਕੁਦਰਤ ਏ ਸਾਰੀ ਕੁਦਰਤ ਪਰਮੇਸ਼ਰ ਦੀ ਕੱਲ੍ਹ ਆਪਾਂ ਜਦੋਂ ਸਮਾਂ ਲਾਉਣ ਲੱਗੇ ਤਾਂ ਮੈਂ ਦੇਖ ਰਿਹਾ ਸੀ ਕਦਮ ਕਿਨਮਿਣ ਸ਼ੁਰੂ ਹੋਈ ਸਪੀਕਰ ਵਾਲਾ ਆਪਦੇ ਸਪੀਕਰ ਨੂੰ ਵੇਖੇ ਵੀ ਮੈਂ ਕੀ ਕਰਾਂ ਇੱਧਰ ਜਿਹੜੇ ਸੀ ਲੈਪਟੋਪ ਵਾਲੇ ਉਹ ਆਪਦਾ ਇਹ ਵੇਖਣ ਲੱਗੇ ਵੀ ਇੱਧਰ ਮੀਂਹ ਆ ਜਾਣਾ ਮੈਂ ਵੀ ਦੇਖਣ ਲੱਗਾ ਵੀ ਉੱਪਰੋਂ ਡਿੱਗਣੀਆਂ ਕਣੀਆਂ ਹੈ ਨਹੀਂ ਉੱਪਰ ਤਰਪਾਲ ਪਾਈ ਹੋਈ ਨਾ ਅਤੇ ਇੰਦਰ ਦੇਵਤਾ ਹਾਜ਼ਰੀ ਲਾ ਕੇ ਇੱਕ ਮਿੰਟ ਦੇ ਵਿੱਚ ਹੀ ਚਲਾ ਗਿਆ ਸੰਗਤ ਤੋਂ ਮੈਂ ਕਿਹਾ ਸੀ ਵੀ ਸੰਗਤ ਤੋਂ ਡਰਦੇ ਆ ਸਾਧ ਸੰਗਤ ਦਾ ਇੰਨਾ ਵੱਡਾ ਪ੍ਰਤਾਪ ਹੈ ਕਿ ਉਹ ਸੇਵਾ ਕਰਦੇ ਆ ਸਤਿਕਾਰ ਕਰਦੇ ਆ ਸਾਧ ਸੰਗਤ ਤੋਂ ਭੈ ਖਾਂਦੇ ਆ ਸਾਰਿਆਂ ਨੂੰ ਫਿਕਰ ਲੱਗ ਗਿਆ ਸੰਗਤ ਇੱਧਰ ਬਹਿ ਗਈ ਆਣ ਕੇ ਉੱਤੇ ਹੈ ਨਹੀਂ ਸੀ ਮੋਮ ਜਾਮਾ ਉਹਨੇ ਮਾੜੀ ਮਾੜੀ ਵਰਖਾ ਕੀਤੀ ਇੰਦਰ ਦੇਵਤੇ ਨੇ ਆਪਣੀ ਹਾਜ਼ਰੀ ਲਾ ਲਈ ਨਾ ਕੋਈ ਕਿਤੇ ਮੀਂਹ ਪਿਆ ਨਾ ਕੁਝ ਸੰਗਤ ਵਿੱਚ ਹਾਜ਼ਰੀ ਲਾ ਗਿਆ ਦੇਵਤੇ ਵੀ ਸੇਵਾ ਕਰਕੇ ਖੁਸ਼ ਹੁੰਦੇ ਆ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਪਰਮੇਸ਼ਰ ਦੀ ਕੁਦਰਤੇ ਸ਼ਕਤੀ ਕਹਿ ਦਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੁਰੂਆਂ ਦੀ ਆਰਾਧਨਾ ਕੀਤੀ ਹੈ ਨਾ ਗੁਰੂਆਂ ਤੋਂ ਨਾਮ ਲੈਣ ਤੋਂ ਪਹਿਲੋਂ ਗੁਰੂਆਂ ਦੀ ਸ਼ਕਤੀ ਦੀ ਆਰਾਧਨਾ ਕੀਤੀ ਕਈ ਤਾਂ ਕਹਿੰਦੇ ਨਾ ਚੰਡੀ ਦੀ ਵਾਰ ਏ ਚੰਡੀ ਦੀ ਕੀਤੀ ਏ ਭਗੋਤੀ ਉਹਨਾਂ ਨੇ ਪਰਮੇਸ਼ਰ ਦੀ ਸ਼ਕਤੀ ਨੂੰ ਕਿਹਾ ਚੰਡੀ ਅਤੇ ਭਗਵਤੀ ਅੱਜ ਸ਼ਿਵਰਾਤਰੀ ਸੀ ਰਾਤ ਸਾਰੀ ਦੁਨੀਆ ਸ਼ਿਵਜੀ ਭਗਵਾਨ ਦੀ ਸ਼ਿਵਰਾਤਰੀ ਕਰਦੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਮਹਾਦੇਵ ਕੋ ਕਹਿ ਤਾਂ ਸਦਾ ਸ਼ਿਵ
ਜਿਹੜਾ ਦੇਵਤਿਆਂ ਦਾ ਵੱਡਾ ਦੇਵਤਾ ਹੈ ਨਾ ਉਹਨੂੰ ਹੀ ਸ਼ਿਵ ਕਹੀ ਜਾਂਦੇ ਆ। ਸ਼ਿਵ ਤੋਂ ਪਰਮੇਸ਼ਰ ਪਰਮੇਸ਼ਰ ਦਾ ਹੈ, ਸ਼ਿਵ ਨਾਮ ਪਰਮਾਤਮਾ ਦਾ ਹੈ, ਪਰਮੇਸ਼ਰ ਦਾ ਹੈ, ਅਕਾਲ ਪੁਰਖ ਦਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਜੀ ਨੂੰ ਨਹੀਂ ਕਿਹਾ। ਦੇਸ਼ ਉਹਨੂੰ ਤਾਂ ਆਪਣਾ ਡਰ ਪਿਆਰ ਹੀ ਹੁੰਦਾ ਸੀ, ਉਹ ਡਰਦਾ ਸੀ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਮਹਾਂਪੁਰਸ਼ਾਂ ਨੂੰ ਗੁਰੂਆਂ ਨੂੰ ਨਮਸਕਾਰ ਕਰਦੇ ਆ, ਮੱਥੇ ਟੇਕਦੇ ਆ, ਚਰਨ ਧੂੜੀ ਲੈਂਦੇ ਆ, ਸੰਗਤ ਵਿੱਚ ਆਉਂਦੇ ਆ, ਮਹਾਂਪੁਰਸ਼ਾਂ ਕੋਲ ਹਾਜ਼ਰੀ ਲਾਉਂਦੇ ਆ। ਜਿੰਨੇ ਵੀ ਦੇਵਤੇ ਆ, ਸੁਰ ਨਰ ਮੁਨ ਜਾਣੇ ਅੰਮ੍ਰਿਤ ਲੋਚ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਰੀ ਸੱਚਾ ਮਨ ਵਸਾਇਆ। ਇਹ ਅੰਮ੍ਰਿਤ ਵੀ ਜਿਹੜਾ ਆਪਾਂ ਨੂੰ ਦਿੱਤਾ, ਇਹਨਾਂ ਨੂੰ ਦੇਵਤੇ ਲੋਚਦੇ ਆ। ਸ਼ਿਵਰਾਤਰੀ ਮਨਾਈ ਜਾ ਰਹੀ, ਆਪਣੀ ਵੀ ਸਮਝੋ ਸ਼ਿਵਰਾਤਰੀ ਹੈ। ਉਹ ਆਪਣੇ ਕੋਲ ਮੰਦਰ ਹੈ, ਉਹ ਪੰਡਿਤ ਆ ਗਏ ਜੀ ਸ਼ਿਵਰਾਤਰੀ ਹੈ, ਦਰਸ਼ਨ ਦਿਓ। ਮੈਂ ਗਿਆ ਤੇ ਹਵਨ ਕਰਨ ਲੱਗੇ ਸੀ ਸ਼ੁਰੂ, ਤੇ ਮੈਂ ਕਿਹਾ ਵੀ ਸਾਰੀ ਰਾਤ ਕਰੋਗੇ? ਕਹਿੰਦੇ ਜੀ 12 ਵਜੇ ਤੱਕ। ਸਾਡੇ ਵੀ ਰਿਵਾਜ਼ ਹੁੰਦਾ ਸੀ ਛੋਟੇ ਹੁੰਦਿਆਂ, ਜਦੋਂ ਮੈਂ ਘਰੇ ਸਾਂ, ਬਾਬੇ ਨਾਨਕ ਦਾ ਜਿਸ ਦਿਨ ਅਵਤਾਰ ਹੋਇਆ ਉਸ ਦਿਨ 12 ਵਜੇ ਤੱਕ ਜਾਗਦੇ ਸੀ ਕਿ 12 ਵਜੇ ਤੱਕ ਜਾਗਣਾ ਹੈ, ਨਵਾਂ ਦਿਨ ਸ਼ੁਰੂ ਹੋ ਜਾਂਦਾ ਹੈ, ਇਸ਼ਨਾਨ ਪਾਣੀ ਪ੍ਰਸ਼ਾਦ ਖਾ ਕੇ ਸੌਂ ਜਾਣਾ। ਫਿਰ ਇਸ਼ਨਾਨ ਪਾਣੀ ਤਾਂ ਉਦੋਂ ਕਰਦੇ ਨਹੀਂ ਸੀ, ਇਸ਼ਨਾਨ ਤਾਂ 12-21 ਦੇ, ਸਾਰੇ ਲੋਕ 12 ਵਜੇ ਤੱਕ ਜਾਗਦੇ ਸੀ। ਬਾਬਾ ਜੀ ਨੇ 12-21 ਤੋਂ ਕਿਹਾ ਵੀ ਇਸ਼ਨਾਨ ਕਰੋ, ਇਹ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਕਿ ਰਾਤ ਨੂੰ ਜੇ ਜਾਗਣਾ ਹੈ ਤਾਂ 12:21 ਤੋਂ ਬਾਅਦ ਜਾਗਣਾ ਹੈ, ਇਸ਼ਨਾਨ ਕਰਕੇ ਫਿਰ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਪਾਠ ਜਾਂ ਮੂਲ ਮੰਤਰ ਦੀਆਂ ਮਾਲਾ ਜਾਂ ਵਾਹਿਗੁਰੂ ਸ਼ਬਦ ਦੀਆਂ ਮਾਲਾ ਜਾਂ ਸਾਰੀ ਵਾਰ ਦੇ ਕੀਰਤਨ ਕਿਸੇ ਪਾਸੇ ਲਿਵ ਲਾ ਲਓ। ਇਹ ਰਹਿਣ ਸਬਾਈਏ ਕਿ ਬਾਬੇ ਨਾਨਕ ਦੇ ਨਾਮ 'ਤੇ ਰਾਤ 12 ਵਜੇ ਇਸ਼ਨਾਨ ਕਰੋ ਅਤੇ ਉਹਦੀ ਯਾਦ ਵਿੱਚ ਬੈਠ ਜਾਵੋ। ਸਾਲ 'ਚ ਇੱਕ ਦਿਨ ਕਰਦੇ ਹੁੰਦੇ ਸੀ, ਕਹਿੰਦੇ 12 ਵਜੇ ਤੱਕ। ਮੈਂ ਕਿਹਾ ਵੀ ਆਪਣੀ ਤਾਂ ਰੋਜ਼ ਹੀ ਸ਼ਿਵਰਾਤਰੀ, ਪਰਮੇਸ਼ਰ ਦੇ ਨਾਂ ਦੀ ਰਾਤ ਇਹ ਸਾਰੀ ਸੰਗਤ ਗੁਣ ਗਾਉਂਦੀ ਏ, ਕੀਰਤਨ ਕਰਦੀ, ਪਾਠ ਭਜਨ ਕਰਦੀ ਏ, ਅਤੇ 15-20 ਦਿਨ ਸੰਗਤਾਂ ਦੇ ਹਿੱਸੇ ਦੇ ਵਿੱਚ ਆਉਂਦੇ ਆ, ਸਾਡਾ ਵੀ ਟਾਈਮ ਬੇਫਿਕਰੀ ਵਾਲਾ ਹੁੰਦਾ ਹੈ, ਨਹੀਂ ਤਾਂ ਸਭ ਨੂੰ ਹੁੰਦਾ ਵੀ ਟਾਈਮ ਲਾਈਏ, ਸਾਡਾ ਸਭ ਤੋਂ ਬਾਅਦ ਹੁੰਦਾ ਹੈ, ਉਹ ਤੱਕ ਸਾਰੇ ਆਪਣੀ ਹਾਜ਼ਰੀਆਂ ਲਾ ਲੈਂਦੇ ਆ ਅਤੇ ਬਾਅਦ ਵਿੱਚ ਸਾਡੀ ਵਾਰੀ ਆ ਜਾਂਦੀ ਹੈ।